ਪਿਛਲੇ ਲੈਕਚਰ ਚ ਜੋ ਆਪਾਂ ਗੱਲ ਕੀਤੀ ਸੀ ਆਪਾਂ ਅੰਦਰੂਨੀ ਕੋਨਾਂ ਦੇ ਜੋੜ ਦੀ ਗੱਲ ਕੀਤੀ ਸੀ ਬਾਹਰੀ ਕੋਨਾਂ ਦੇ ਜੋੜ ਦੀ ਗੱਲ ਕੀਤੀ ਸੀ ਹੁਣ ਆਪਾਂ ਜੋ ਗੱਲ ਕਰਨੀ ਆ ਆਪਾਂ ਕੋਨ ਦੇ ਹਰੇਕ ਮਾਪ ਦੀ ਗੱਲ ਕਰਨੀ ਹੈ ਕਿਉਂਕਿ ਇੱਥੇ ਜਿਹੜਾ ਹੁਣ ਟਾਪਿਕ ਹੈ ਆਪਣਾ ਇਸ ਸੰਬੰਧਪਸ ਤੇ ਹੈ ਕਿਉਂਕਿ ਤਾਹੀਂ ਆਪਾਂ ਇਕੱਲੇ ਦਾ ਮਾਪ ਖੜ ਸਕਦੇ ਹਾਂ ਰੈਗੂਲਰ ਪੋਲੀਗਨ ਤੇ ਹੈ ਇਹਦਾ ਟਾਪਿਕ ਹੈ ਇਦੇ ਵਿੱਚ ਆਪਾਂ ਕੀ ਕਰਨਾ ਹੈ ਹੁਣ ਹਰੇਕ ਕੋਣ ਦਾ ਮਾਪ ਸੰਪੂਰਨ ਵਰਗ ਆ ਗਿਆ ਕਿਉਂਕਿ ਇਹ ਆਪਾਂ ਨੂੰ ਆਸਾਨੀ ਨਾਲ ਪਤਾ ਹੈ ਬਾਕੀ ਇਹਦਾ ਪਤਾ ਆਸਾਨੀ ਨਾਲ ਚੇਪੂ ਜੀ ਆਸਾਨੀ ਨਾਲ ਮਾਪ ਪਤਾ ਨਹੀਂ ਪਤਾ ਸਾਰੇ ਕੋਣ ਬਰਾਬਰ ਹੈ ਨਾ ਇਹ ਹੀ ਆਪਣਾ ਸਮ ਪੁਜਾ ਨਾ ਜਿਹਦੀਆਂ ਸਾਰੀਆਂ ਪੁਜਾਵਾਂ ਤੇ ਸਾਰੇ ਕੋਣ ਕੀ ਹੋਣ ਬਰਾਬਰ ਹੋਣ ਤਾਂ ਹੁਣ ਜੋ ਆਪਾਂ ਗੱਲ ਕਰਨੀ ਹੈ ਆਪਾਂ ਕੱਲੇ-ਕੱਲੇ ਕੋਣ ਦੇ ਮਾਪ ਦੀ ਗੱਲ ਕਰਨੀ ਹੈ ਇਸ ਤੋਂ ਪਹਿਲਾਂ ਦੇਖੋ ਆਪਾਂ ਕੀ ਕੀਤਾ ਬਹੁਪੁਜ ਕੋਈ ਵੀ ਹੋਵੇ ਕਿਉਂਕਿ ਆਪਾਂ ਸਮ ਦੀ ਗੱਲ ਕਰ ਰਹੇ ਤਾਂ ਮੈਂ ਸਮ ਲਿਖ ਰਿਹਾ ਸਮ ਬਹੁਪੁਜ ਦੇ ਕੋਣਾਂ ਦੇ ਜੋੜ ਜਦੋਂ ਬਹੁਪੁਜ ਵੱਡਾ ਪਾ ਰਹੇ ਆ ਆਪਾਂ n ਪੁਜ ਦੀ ਗੱਲ ਕਰ ਰਹੇ ਆ ਕਿਉਂਕਿ ਆਪਾਂ ਫਾਰਮੂਲਾ ਡਰਾਈਵ ਕਰ ਰਹੇ ਆ ਕੀ ਸੀ n 2 ਗੁਣਾ 180 ਇਹ ਹੀ ਸੀ ਨਾ ਜਿੰਨਾ ਭੁਜ ਹੁੰਦਾ ਸੀ ਆਪਾਂ ਦੋ ਤਿਕੋਣਾ ਘਟਾ ਦਿੰਦੇ ਤੇ ਜਦੋਂ ਆਪਾਂ ਬਾਰੀ ਕੋਣ ਦੀ ਗੱਲ ਕਰਦੇ ਸੀ ਤੇ ਉਹ ਹਰੇਕ ਵਾਸਤੇ ਕਿੰਨਾ ਸੀ ਬਾਰੀ ਕੋਣਾਂ ਦਾ ਜੋੜ ਕਿੰਨਾ ਹੈ 360 ਡਿਗਰੀ ਤਾਂ ਇਹ ਤਾਂ ਹੋ ਗਈ ਗੱਲ ਸਾਰੇ ਕੋਣਾਂ ਦੀ ਪਰ ਆਪਾਂ ਹੁਣ ਜੋ ਗੱਲ ਕਰਨੀ ਹੈ ਆਪਾਂ ਗੱਲ ਕਰਨੀ ਹੈ ਕੱਲੇ-ਕੱਲੇ ਮਾਪ ਦੀ ਕੱਲਾ ਮਾਪ ਕੱਢ ਰਿਹਾ ਕਿਉਂਕਿ ਸਾਰੇ ਕੋਣ ਬਰਾਬਰ ਹੈ ਆਪਾਂ ਨੂੰ ਪਤਾ ਹੈ ਤਾਂ ਫਿਰ ਕੋਣ ਦਾ ਮਾਪ ਕਿਦੇ ਕੋਣ ਦਾ ਸੰਭਵ ਪੁੱਜਦੇ ਤਾਂ ਸੰਭਵ ਪੁੱਜੇ ਇੱਕ ਕੋਣ ਦਾ ਮਾਪ ਫਿਰ ਕਿੰਨੀਆਂ ਹੋਗੀਆਂ ਜਿੰਨੀਆਂ ਪੁਝਾ ਮਾਂ ਨੇ ਉਹਦੇ ਨਾਲ ਆਪਾਂ ਕੀ ਕਰਦਾਂਗੇ ਵੰਡ ਕਰਦਾਂਗੇ ਤਾਂ ਇਹ ਆਪਣੇ ਕੋਲ ਕੀ ਬਣ ਗਿਆ ਦਾ ਫਾਰਮੂਲਾ ਬਣ ਗਿਆ ਜਿੰਝੋੜ बटे ਪੁਜਾਮਾ ਦੀ ਗਿਣਤੀ ਤਾਂ ਕੀ ਬਣ ਗਿਆ ਫਿਰ ਫਾਰਮੂਲਾ ਤਿਕੋਨਾ ਦਾ ਕੋਨਾ ਦਾ ਜੋੜ बटे ਪੁਜਾਮਾ ਦੀ ਗਿਣਤੀ ਇਹ ਆਪਣੇ ਕੋਲੇ ਬਣ ਗਿਆ ਸੇਮ ਚੀਜ਼ ਅਗਰ ਆਪਾਂ ਇੱਥੇ ਗੱਲ ਕਰੀਏ ਸੰਪੂਰਨ ਦੇ ਬਾਹਰਿ ਕੋਨਾ ਜੋੜ ਕਿੰਨਾ ਹੋਗਾ 360 ਹੋ ਗਿਆ ਹਰੇਕ ਬਾਰੀ ਕੋਣ ਦਾ ਮਾਪ ਕਿੰਨਾ ਹੋ ਗਿਆ ਹਰੇਕ ਬਾਰੀ ਕੋਣ ਦਾ ਜੋ ਮਾਪ ਹੋ ਗਿਆ 360 ਵਟੇ n ਇੱਥੇ ਆਪਾਂ ਕਿਉਂਕਿ ਅੰਦਰੂਨੀ ਦੀ ਗੱਲ ਕਰ ਰਹੇ ਸੀ ਤਾਂ ਉਹਨਾਂ ਦਾ ਜੋੜ ਹੋ ਗਿਆ ਤਾਂ ਫਿਰ ਇੱਥੇ ਕੀ ਹੋ ਗਿਆ ਬਾਰੀ ਕੋਣਾ ਦਾ ਜੋੜ ਵਟੇ ਪੁਜਾਮਾ ਦੀ ਗਿਣਤੀ ਤਾਂ ਇਸ ਤਰੀਕੇ ਦੇ ਨਾਲ ਆਪਾਂ ਕੁਸ਼ਨ ਨੂੰ ਹੱਲ ਕਰਾਂਗੇ ਸੋਲਵ ਕਰਾਂਗੇ ਹੁਣ ਆ ਅਗਲੇ ਕੁਐਸਚਨ ਦੀ ਗੱਲ ਕਰਦੇ ਆ ਇੱਕ ਦੂਸਰੇ ਕੁਐਸਚਨ ਦੀ ਨੈਕਸਟ ਐਕਸਰਸਾਈਜ਼ ਦੀ ਉਸ ਦੇ ਵਿੱਚ ਕੀ ਹੈ ਇੱਕ ਸਮ ਪਪਸ ਦੇ ਹਰੇਕ 바ਰੀ ਕੋਣ ਦਾ ਮਾਪ ਪਤਾ ਕਰਨਾ ਹੈ ਜਿਸ ਦੀਆਂ ਨੋ ਭੁਜਾਵਾਂ ਨੇ ਹਰੇਕ 바ਰੀ ਕੋਣ ਦੇਖੋ ਧਿਆਨ ਨਾਲ ਇੱਥੇ ਹਰੇਕ 바ਰੀ ਕੋਣ ਕਹਤਾ ਤਾਂ ਹੱਲ 바ਰੀ ਕੋਣ ਦੇ ਮਾਪ ਦਾ ਪਹਿਲਾ ਫਾਰਮੂਲਾ ਦੇਖੋ ਕੀ ਸੀ ਹਰੇਕ 바ਰੀ ਕੋਣ ਦੇ ਮਾਪ ਦਾ ਸਿੱਧਾ ਦਾ ਸਿਸਟਮ ਬਾਰੀ ਕੋਨਾਂ ਦਾ ਜੋੜ ਗਿੰਦੇ ਹੁਣ ਬਾਰੀ ਕੋਨਾਂ ਕਿੰਨੇ ਸੀ ਜੋੜ 360 ਗਿਣਤੀ ਕਿੰਨੀ ਹੈ 9 9 ਚੋਕਾ 36 ਨਾ ਲਾਗੇ 0 ਤਾਂ ਇਹਦਾ ਮਤਲਬ ਹਰੇਕ ਬਾਰੀ ਕੋਨ ਦਾ ਮਾਪ ਕਿੰਨਾ ਆ ਗਿਆ 40 ਡਿਗਰੀ ਸੇਮ ਐਗਜ਼ਾਮਪਲ ਮੈਂ ਲੈ ਰਿਹਾ ਆਪਣੀ ਤਰਫੋਂ ਕਹਿੰਦੇ ਇੱਕ ਸੰਭਾਪੂਰਨ ਹਰੇਕ ਬਾਰੀਕ ਕੋਣ ਦਾ ਮਾਪ ਪਤਾ ਕਰੋ ਜਿਸ ਦੀਆਂ ਕਿਨੇ 10 ਪੁਜਾਮਾ ਨੇ ਤਾਂ ਬਾਰੀਕ ਕੋਣ ਦਾ ਮਾਪ ਕਿਹਦੇ ਬਰਾਬਰ ਆ ਗਿਆ ਬਾਰੀਕ ਕੋਣਾਂ ਦਾ ਜੋੜ ਵਟੇ ਪੁਜਾਮਾ ਦੀ ਗਿਣਤੀ ਚੋੜ ਜੋੜ ਕਿੰਨਾ ਹੋ ਗਿਆ 360 ਗਿਣਤੀ ਕਿੰਨੀ ਹੋ ਗਈ 10 0 ਨਾਲ 0 ਕੱਟ ਗਿਆ ਦਾ ਮਤਲਬ ਹਰੇਕ ਜਿਹੜਾ 10 ਪੁਜਾ ਹੈ ਸਮ 10 ਪੁਜਾ ਹੈ ਉਹਦੇ ਹਰੇਕ ਬਾਹਰੀ ਕੋਣ ਦਾ ਮਾਪ ਕਿੰਨਾ ਹੋਣਾ ਹੈ 36 ਡਿਗਰੀ ਹੁਣ ਮੈਂ ਉਧਰ ਇੱਕ ਉਦਾਹਰਣ ਲੈ ਰਹੇ ਆ ਆਪਣੇ ਤਰਫੋਂ ਇੱਕ ਸਮ ਬੋਪੁਸ ਦੇ ਹਰੇਕ ਅੰਦਰੂਨੀ ਕੋਣ ਦਾ ਮਾਪ ਦੇਖੋ ਇੱਥੇ ਕੀ ਸੀ ਬਾਹਰੀ ਸੀ ਤਾਂ ਕੀ ਫਾਰਮੂਲਾ ਹੋਇਆ ਬਾਹਰੀ ਦਾ ਜੋੜ ਵਟੇ ਗਿਣਤੀ ਆਪਾਂ ਅੰਦਰੂਨੀ ਦਾ ਪਤਾ ਕਰਨਾ ਹੈ ਤਾਂ ਕੀ ਫਾਰਮੂਲਾ ਹੋਇਆ ਅੰਦਰੂਨੀ ਕੋਣਾਂ ਦਾ ਜੋੜ ਵਟੇ ਗਿਣਤੀ ਦਾ ਮਾਪ ਪਤਾ ਕਰੋ ਜਿਸ ਦੀਆਂ ਭੁਜਾਵਾਂ ਦੀ ਗਿਣਤੀ ਕੀ ਹੈ 5 ਹੈ ਤਾਂ ਅੰਦਰੂਨੀ ਕੋਣ ਦਾ ਮਾਪ ਕੀ ਫਾਰਮੂਲਾ ਹੋ ਗਿਆ ਅੰਦਰੂਨੀ ਕੋਣਾਂ ਦਾ ਜੋੜ ਵਟੇ ਭੁਜਾਵਾਂ ਦੀ ਗਿਣਤੀ ਹੁਣ ਇੱਥੇ ਤਾਂ ਆਪਣੇ ਕੋਲ ਸਿੱਧਾ ਸੀ 360 ਤੇ ਅੰਦਰੂਨੀ ਕੋਣ ਦਾ ਪੱਕੀ ਫਾਰਮੂਲਾ ਕੀਤਾ ਹੋਇਆ ਯਾਦ ਕਰੋ n 2 180 ਅਗਰ ਪੰਜ ਪੁਜਾਵਾਂ ਨੇ ਪੰਜ ਪੁਜਾ ਤੇ ਪੰਜ ਪੁਜ ਦੇ ਵਿੱਚ ਤਿਕੋਣਾਂ ਕਿੰਨੀਆਂ ਬਣਦੀਆਂ ਸੀ ਤਿੰਨ 5 2 ਇਹੀ ਫਾਰਮੂਲਾ ਸੀ ਨਾ 180 5 ਇਹ ਕੱਟਿਆ ਗਿਆ 5 1 5 5 3 15 6 5 30 502 ਘਟਾਏ 3 3 36° 36 3 108 ਤਾਂ ਇਹਦਾ ਮਤਲਬ ਪੰਜ ਪੁਜ ਦੇ ਹਰੇਕ ਅੰਦਰੂਨੀ ਕੋਣ ਦਾ ਮਾਪ ਕਿੰਨਾ ਹੋਣਾ ਹੈ 108° ਨੈਕਸਟ ਜੋ ਐਗਜ਼ਾਮਪਲ ਲਈ ਆਪਾਂ ਪੁਜਾਵਾਂ ਕਿੰਨੀਆਂ ਲੈ ਲਈਆਂ 8 ਤਾਂ ਇਹਦਾ ਮਤਲਬ 8 ਪੁਜ ਦੇ ਹਰੇਕ ਅੰਦਰੂਨੀ ਕੋਣ ਦਾ ਮਾਪ ਕੀ ਹੋ ਗਿਆ 8 ਪੁਜ ਦੇ ਅੰਦਰੂਨੀ ਕੋਣਾਂ ਦਾ ਜੋੜ ਵਟੇ ਪੁਜਾਮਾ ਦੀ ਗਿਣਤੀ ਤਾਂ 8 ਪੁਜ ਦੇ ਵਿੱਚ ਆਪਾਂ ਕਿੰਨੀਆਂ ਪੁਜਾਂ ਤੇ ਕੋਨਾਂ ਦੀ ਗੱਲ ਕੀਤੀ ਹੋਇਆ 2 ਘਟਾ ਕੇ 6 ਦੀ 8 2 180 8 6 180 8 ਆਪਾਂ ਕੱਟੀਏ 4 ਤੇ ਗਿਆ 2 4 ਤੇ ਗਿਆ 45 2 3 6 ਦਾ ਇਹਦਾ ਮਤਲਬ 8 ਪੁੰਜ ਦੇ ਹਰੇਕ ਕੋਣ ਦਾ ਜੋ ਮਾਪ ਹੈ ਕੀ ਬਣਿਆ 135 ਇਹਦਾ ਇੱਕ ਆਪਣੇ ਕੋਲ ਆਲਟਰਨੇਟ ਤਰੀਕਾ ਵੀ ਹੈ ਹੋਰ ਮੈਥਡ ਵੀ ਹੈ ਇਹਦੀ ਹੈਲਪ ਨਾਲ ਕਿਵੇਂ ਮੈਂ ਦੱਸਦਾ ਜੋ ਸੌਖਾ ਲੱਗੇ ਤੁਸੀਂ ਕਰਿਓ ਮਤਲਬ ਬਾਹਰੀ ਕੋਣ ਦੀ ਹੈਲਪ ਨਾਲ ਵੀ ਆਪਾਂ ਅੰਦਰونی ਕੋਣ ਨੂੰ ਕੱਟ ਸਕਦੇ ਹਾਂ ਆ ਬਿਲਕੁਲ ਪੈਰਨਲ ਮੈਂ ਇਹ ਕੁਸ਼ਣ ਦੁਬਾਰਾ ਹੱਲ ਕਰ ਰਹੇ ਹਾਂ ਤਾਂ ਕੀ ਕਰਾਂਗੇ ਆਪਾਂ ਪਹਿਲਾਂ ਔਰ ਇਹ ਆਪਾਂ ਅੰਦਰونی ਕੋਣ ਦਾ ਮਾਪ ਕੱਢੇ ਹੁਣ ਬਾਹਰੀ ਦਾ ਕੱਢਾਂਗੇ ਕਿਉਂਕਿ ਪੰਜ ਪੁਜਾਵਾਂ ਨੇ ਤਾਂ ਪੰਜ ਪੁਜ ਦੇ ਬਾਹਰੀ ਕੋਣ ਦਾ ਮਾਪ ਕਿੰਨਾ ਹੋ ਗਿਆ ਬਾਹਰੀ ਕੋਣਾਂ ਦਾ ਜੋੜ 360 ਵਟੇ ਪੁਜਾਵਾਂ ਦੀ ਗਿਣਤੀ 72 ਡਿਗਰੀ ਤੇ ਇਹ ਹੋ ਗਿਆ ਬਾਹਰੀ ਕੋਣ ਤਾਂ ਫਿਰ ਅੰਦਰੂਨੀ ਕੋਣ ਕਿਵੇਂ ਨਿਕਲਦਾ ਹੁੰਦਾ ਜਦੋਂ ਬਾਹਰੀ ਨਿਕਲ ਗਿਆ ਕਿਉਂਕਿ ਅੰਦਰੂਨੀ ਤੇ ਬਾਹਰੀ ਹਮੇਸ਼ਾ ਤੇ ਅੰਦਰੂਨੀ ਹੈ ਤਾਂ ਬਾਹਰੀ ਹੈ ਤੇ ਇਹ ਦੋਨੋਂ ਹਮੇਸ਼ਾ ਸਿੱਧੀ ਰੇਖਾ ਦੇ ਹੁੰਦੇ ਨੇ ਬਿਲਕੁਲ ਤੇ ਦੋਹਾਂ ਦਾ ਜੋੜ 180 ਹੁੰਦਾ ਹੈ ਤਾਂ ਫਿਰ ਅੰਦਰੂਨੀ ਕੋਣ ਕਿਹਦੇ ਬਰਾਬਰ ਆਂਦਾ ਹੈ 180 ਦੇ ਵਿੱਚੋਂ ਆਪਾਂ ਕੀ ਕਰਦਾਂਗੇ ਬਾਹਰੀ ਕੋਣ ਘਟਾ ਦਾਂਗੇ ਆਪਣੇ ਕੋਲ ਕਿੰਨਾ ਆ ਜਾਊਗਾ ਅੰਦਰੂਨੀ ਕੋਣ ਤਾਂ ਚੈੱਕ ਕਰ ਸਕਦੇ ਹੋ ਆਨਸਰ ਸੇਮ ਆਊਗਾ ਹੁਣ ਤੁਸੀਂ ਇਸ ਅਕੋਰਡਿੰਗ ਕਰੋ ਤਾਂ ਵੀ ਕੋਈ ਦਿੱਕਤ ਨਹੀਂ ਤੁਸੀਂ ਇਸ ਅਕੋਰਡਿੰਗ ਕਰੋ ਤਾਂ ਵੀ ਕੋਈ ਦਿੱਕਤ ਨਹੀਂ ਇਹ ਉਦਾਹਰਣ ਲੈ ਰਿਹਾ ਮੈਂ ਪੈਰਲ ਅੱਠ ਪੁਜਾ ਹੈ ਤਾਂ ਅੱਠ ਪੁਜ ਦੇ ਬਾਰੀਕ ਕੋਣ ਦਾ ਮਾਪ ਬਾਰੀਕੋਨਾਂ ਦਾ ਜੋੜ 360 ਵਟੇ ਪੁਜਾਂਾਂ ਦੀ ਗਿਣਤੀ 8 ਕੱਟिए 2 ਤੇ ਗਿਆ 4 2 ਤੇ ਗਿਆ 180 2 ਤੇ ਗਿਆ 2 2 ਤੇ ਗਿਆ 90 2 1 2 45 2 90 ਤਾਂ ਇਹਦਾ ਮਤਲਬ ਅੱਠ ਪੁਜ ਦੇ ਹਰੇਕ ਬਾਰੀਕ ਕੋਣ ਦਾ ਮਾਪ ਕਿੰਨਾ ਆ ਗਿਆ 45 ਤਾਂ ਫਿਰ ਅੰਦਰੂਨੀ ਕੋਣ ਦਾ ਮਾਪ ਕਿੰਨਾ ਹੋ ਗਿਆ 180 ਡਿਗਰੀ ਦੇ ਵਿੱਚੋਂ ਆਪਾਂ ਕੀ ਕਰ ਦਾਂਗੇ 45 ਘਟਾ ਦਾਂਗੇ ਆਪਣੇ ਕੋਲ ਕੀ ਆ ਗਿਆ 135 ਡਿਗਰੀ ਚੈੱਕ ਕਰੋ ਆਨਸਰ ਸੇਮ ਹੈ ਤਾਂ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਡਾਇਰੈਕਟ ਅੰਦਰੂਨੀ ਕੋਣ ਨੂੰ ਲੈ ਕੇ ਹੱਲ ਕਰ ਲਓ ਨਹੀਂ ਬਾਹਰ ਹੀ ਕੱਢ ਕੇ ਉਹਨੂੰ 180 ਚੋਂ ਘਟਾ ਦਿਓ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਕਰ ਸਕਦੇ ਹੋ ਹੁਣ ਆਪਾਂ ਇੱਕ ਦੋ ਕੁਐਸਚਨਸ ਤੇ ਹੋਰ ਗੱਲ ਕਰਦੇ ਆਂ ਇੱਥੇ ਆਪਾਂ ਉਸ ਤੋਂ ਉਲਟਾ ਚੱਲਣਾ ਹੈ ਉੱਥੇ ਕੀ ਸੀ ਆਪਾਂ ਨੂੰ ਕੋਣ ਦਾ ਪਤਾ ਕਰਨਾ ਸੀ ਅੰਦਰੂਨੀ ਕੋਣ ਦਾ ਮਾਪ ਇਹ ਬਾਹਰੀ ਕੋਣ ਦਾ ਮਾਪ ਤੇ ਪੁਝਾਵਾ ਦੀ ਗਿਣਤੀ ਆਪਾਂ ਨੂੰ ਦਿੱਤੀ ਹੋਈ ਸੀ ਇੱਥੇ ਉਲਟਾ ਹੋ ਗਿਆ ਆਪਾਂ ਕੀ ਕਰਨਾ ਹੈ ਗਿਣਤੀ ਪਤਾ ਕਰਨੀ ਹੈ ਪੁਝਾਵਾ ਦੀ ਕੋਣ ਦਾ ਮਾਪ ਦਿੱਤਾ ਹੋਇਆ ਪ੍ਰੋਸੈਸ ਉਹੀ ਹੈ ਦੇਖੋ ਉੱਥੇ ਜੋ ਆਪਾਂ ਗੱਲ ਕੀਤੀ ਸੀ ਮੈਂ ਇੱਕ ਫਾਰਮੂਲਾ ਜਰਨਲਾਈਜ਼ ਕਰ ਰਿਹਾ ਹੁਣ ਅੰਦਰੂਨੀ ਕੋਣਾਂ ਦਾ ਜੋੜ ਸੰਭਵ ਪੁਜ ਦੇ ਅੰਦਰੂਨੀ ਕੋਨਾ ਦਾ ਜੋੜ ਕੀ ਸੀ ਆਪਣੇ ਕੋਲੇ n 2 180 ਹੈ ਨਾ ਤੇ ਫਿਰ ਹਰੇਕ ਕੋਣ ਦਾ ਮਾਪ ਕਿ ਆ ਜਾਂਦਾ ਪੱਪੂ ਜਾਮਾਂ ਦੀ ਗਿਣਤੀ ਨਾਲ ਵੰਡ ਕਰ ਦਿੰਦੇ ਸੇਮ ਆਪਾਂ ਜੇ ਬਾਰੀ ਦੀ ਗੱਲ ਕਰੀਏ ਉਹ ਕਿਸੇ 360 ਤੇ ਜੇ ਆਪਾਂ ਹਰੇਕ ਕੋਣ ਦਾ ਮਾਪ ਕੱਢਣਾ ਹੁੰਦਾ ਆਪਾਂ ਉਹਦੀ ਗਿਣਤੀ ਦੇ ਨਾਲ ਕੀ ਕਰ ਦਿੰਦੇ ਵੰਡ ਕਰ ਦਿੰਦੇ ਸੇਮ ਪ੍ਰੋਸੈਸ ਇੱਥੇ ਚੱਲ ਲੈ ਕਹਿੰਦਾ ਇੱਕ ਸੰਬੋਪਸ ਦੀਆਂ ਕਿੰਨੀਆਂ ਪੁਜਾਮਾ ਹਨ ਪੁਜਾਮਾ ਦੀ ਗਿਣਤੀ ਪਤਾ ਕਰੋ ਜੇਕਰ ਇੱਕ ਬਾਰੀ ਕੋਣ ਦਾ ਮਾਪ ਕਿੰਨਾ ਹੋ ਗਿਆ 72 ਡਿਗਰੀ ਤਾਂ ਗੱਲ ਉੱਥੇ ਚੱਲਣੀ ਹੈ ਤਾਂ ਪੁਜਾਮਾ ਦੀ ਗਿਣਤੀ ਕੀ ਹੋ ਗਈ ਬਾਰੀ ਕੋਣ ਦਾ ਜੋੜ ਬਾਰੀ ਕੋਣਾਂ ਦਾ ਜੋੜ ਵਟੇ ਬਾਰੀਕੋਣ ਦਾ ਮਾਪ ਕਿਉਂ ਕਿਉਂਕਿ ਜਦੋਂ ਆਪਾਂ ਜੋੜ ਦੀ ਗੱਲ ਕਰਦੇ ਆ ਤਾਂ ਅਸਲ ਦੇ ਵਿੱਚ ਉਹ ਕਿਦੇ ਬਰਾਬਰ ਹੋ ਜਾਂਦਾ ਜਿੰਨੀਆਂ ਪੁਜਾਮਾ ਨੇ ਪੁਜਾਮਾ ਦੀ ਗਿਣਤੀ ਗੁਣਾ ਹਰੇਕ ਕੋਣ ਦਾ ਮਾਪ ਕਿਉਂਕਿ ਅਸਲ ਦੇ ਵਿੱਚ ਜਿੰਨੀਆਂ ਪੁਜਾਮਾ ਹੁੰਦੀਆਂ ਨੇ ਉਨਾਂ ਹੀ ਆਪਣੇ ਕੋਲੇ ਕੀ ਹੁੰਦੇ ਨੇ ਕੋਣ ਹੁੰਦੇ ਨੇ ਜਿਵੇਂ ਉਦਾਹਰਨ ਦੇ ਤੌਰ ਤੇ ਪੰਜ ਪੁਸ ਦੇ ਵਿੱਚ ਪੰਜ ਕੋਣ ਹੈ ਤਾਂ ਪੁਜਾਮਾ ਵੀ ਕਿੰਨੀਆਂ ਹੋਣਗੀਆਂ ਪੰਜ ਤੇ ਜੇ ਮੈਂ ਟੋਟਲ ਦੀ ਗੱਲ ਕਰੂੰਗਾ ਤੇ ਸਾਰੇ ਇੱਕੋ ਨਾਲ ਦੇ ਆ ਤਾਂ ਪੰਜਾਂ ਦਾ ਜਿਹੜਾ ਮਾਪ ਹੋਗਾ 108 108 108 108 108 ਹੋ ਗਿਆ ਤਾਂ ਫਿਰ ਇਹ ਕੀ ਬਣੂਗਾ 5 ਗੁਣਾ 108 ਤਾਂ ਮਤਲਬ ਪੁਜਾਮਾ ਦੀ ਗਿਣਤੀ ਜਾਂ ਕੋਨਾ ਦੀ ਗਿਣਤੀ ਗੁਣਾ ਹਰੇਕ ਕੋਣ ਦਾ ਮਾਪ ਸੇਮ ਚੀਜ਼ ਇੱਥੇ ਆ ਗਈ ਇੱਕ ਹੀ ਬੰਨ ਹੈ ਪੁਜਾਵਾ ਦੀ ਗਿਣਤੀ ਜਾਂ ਕੋਨਾਂ ਦੀ ਗਿਣਤੀ guna ਹਰੇਕ ਬਾਰੀ ਕੋਨ ਦਾ ਮਾਪ ਤਾਂ ਪਿਛਲੇ ਜੋ ਪਾਰਟs ਆਪਾਂ ਗੱਲ ਕੀਤੀ ਸੀ ਆਪਾਂ ਕੋਨ ਪਤਾ ਕਰਨਾ ਸੀ ਆਪਾਂ ਇਹਦੇ ਨਾਲ ਵੰਡ ਕਰਦੇ ਹੁਣ ਆਪਾਂ ਆਪ ਪਤਾ ਕਰਨਾ ਇਹਦੇ ਨਾਲ ਵੰਡ ਕਰਾਂਗੇ ਤਾਂ ਪ੍ਰੋਸੈਸ ਸੇਮ ਹੈ ਜੋੜ ਦੇ ਨਾਲ ਆਪਾਂ ਕੀ ਕਰ ਦੇਣੀ ਆ ਵੰਡ ਕਰ ਦੇਣੀ ਆ ਹਰ ਬਾਰੀਕ ਉਹਨਾਂ ਦਾ ਜੋੜ ਆਪਾਂ ਨੂੰ ਪਤਾ ਹੈ ਕਿੰਨਾ ਹੁੰਦਾ 360 ਹਰੇਕ ਕੋਣ ਦਾ ਮਾਪ ਆਪਾਂ ਨੂੰ ਕੀ ਦਿੱਤਾ 72 ਤਾਂ 72 ਨੂੰ ਇਹਨਾਂ ਨੇ ਵੰਡਿਆ ਕਿੰਨੀਆਂ ਭੁਜਾਵਾਂ ਆ ਗਈਆਂ ਪੰਜ ਆ ਗਈਆਂ ਤਾਂ ਇਹਦਾ ਮਤਲਬ ਜਿਹੜਾ ਉਹ ਬਹੁਪੁਜ ਹੋਊਗਾ ਉਹ ਪੰਜ ਭੁਜਾਵਾਂ ਵਾਲਾ ਹੋਊਗਾ ਜੇ ਨਾਮ ਪੁੱਛਿਆ ਤਾਂ ਕੀ ਨਾਮ ਹੋਣਾ ਉਸਦਾ ਪੰਜਪੁਜ ਨਾਮ ਹੋਣਾ ਸੇਮ ਉਦਾਹਰਣ ਅਗਲੀ ਖੋਰ ਲੈ ਰਿਹਾ ਮੈਂ ਕਹਿੰਦੇ ਜੇ 45 ਡਿਗਰੀ ਹੋਵੇ ਤਾਂ ਭੁਜਾਵਾਂ ਦੀ ਗਿਣਤੀ ਕਿ ਦੇ ਬਰਾਬਰ ਹੋਗੀ ਬਾਰੀ ਕੋਨਾ ਦਾ ਜੋੜ बटे ਬਾਰੀ ਕੋਨ ਦਾ ਮਾਪ ਤੇ ਜੋੜ ਕਿੰਨਾ ਹੋ ਗਿਆ 360 ਮਾਪ ਕਿੰਨਾ ਹੈ 45 ਡਿਗਰੀ ਇਹਨੂੰ ਆਪਸ ਵੰਡੋਗੇ ਇਹ ਵੰਡ ਕੇ ਕਿੰਨਾ ਆ ਜਾਊਗਾ 8 ਤਾਂ ਇਹਦਾ ਮਤਲਬ ਉਹਦੇ ਪੁਜਾਾਂਵਾਂ ਦੀ ਗਿਣਤੀ ਕੀ ਹੋਣੀ ਹੈ 8 ਹੋਣੀ ਹੈ ਤੇ ਉਹ ਪੁਜਾ ਉਹਦਾ ਕੀ ਨਾਮ ਹੋਣਾ 8 ਪੁਜ ਹੋਣਾ ਹੈ ਸੇਮ ਆਪਾਂ ਇੱਥੇ ਗੱਲ ਕਰ ਸਕਦੇ ਆ ਆਪਾਂ ਨੂੰ ਬਾਹਰੀ ਕੋਣ ਦਾ ਮਾਪ ਦਿੱਤਾ ਹੋਇਆ 24 ਡਿਗਰੀ ਤਾਂ ਪੁਜਾਮਾ ਦੀ ਗਿਣਤੀ ਕਿਹਦੇ ਬਰਾਬਰ ਹੋਗੀ ਬਾਹਰੀ ਕੋਣਾਂ ਦਾ ਜੋੜ ਮੈਂ ਡਾਇਰੈਕਟ ਲਿਖ ਰਿਹਾ ਵਟੇ ਪੁਜਾਮਾ ਦੀ ਗਿਣਤੀ ਆਪਾਂ ਇਹਨੂੰ ਕੱਟਾਂਗੇ ਵੰਡਾਂਗੇ ਤਾਂ ਇਹ ਕਿੰਨਾ ਆਨਸਰ ਆਜੂਗਾ 15 ਆਨਸਰ ਆਜੂਗਾ ਤਾਂ ਇਹ ਬਣ ਜਾਊਗਾ 15 ਪੁਜ ਤਾਂ ਇਹ ਸੀ ਆਪਣਾ ਇੱਕ 파ਟ ਹੁਣ ਇੱਧਰ ਕੀ ਕੀਤਾ ਇੱਥੇ ਆਪਾਂ ਨੂੰ ਬਾਹਰੀ ਕੋਣ ਦਿੱਤਾ ਹੈ ਤੇ ਆਪਾਂ ਨੂੰ ਇੱਥੇ ਕੀ ਦਿੱਤਾ ਹੋਇਆ ਹੈ ਅੰਦਰੂਨੀ ਕੋਣ ਤਾਂ ਜਦੋਂ ਬਾਹਰੀ ਕੋਣ ਸੀ ਤਾਂ ਇੱਥੇ ਬਾਹਰੀ ਦੇ ਹਿਸਾਬ ਨਾਲ ਫਾਰਮੂਲਾ ਆ ਗਿਆ ਤੇ ਜਦੋਂ ਅੰਦਰੂਨੀ ਹੈ ਤਾਂ ਅੰਦਰੂਨੀ ਦੇ ਹਿਸਾਬ ਨਾਲ ਆ ਜਾਣਾ ਹੈ ਤਾਂ ਫਿਰ ਇੱਥੇ ਕੁਐਸਚਨ ਕੀ ਬਣ ਗਿਆ ਪੁਜਾਮਾ ਦੀ ਗਿਣਤੀ ਕਿਦੇ ਬਰਾਬਰ ਆ ਗਈ ਪੁਜਾਮਾ ਦਾ ਜੋੜ ਵਟੇ ਹਰੇਕ ਕੋਣ ਦਾ ਮਾ ਕੋਨਾਂ ਦਾ ਜੋੜ बटे ਹਰੇਕ ਕੋਣ ਦਾ ਮਾਪ ਲੇਕਿਨ ਹੁਣ ਇਹਨੂੰ ਹੱਲ ਕਿਵੇਂ ਕਰੋਗੇ ਸਭ ਤੋਂ ਵੱਡਾ ਮਸਲਾ ਇਹ ਆ ਗਿਆ ਇਹ ਹੱਲ ਕਿਵੇਂ ਹੋਊਗਾ ਕੁਐਸਚਨ ਕਾਰਨ ਆਪਾਂ ਨੂੰ ਪੁਜਾਵਾਂ ਦੀ ਗਿਣਤੀ ਪਤਾ ਨਹੀਂ n ਇੱਥੇ ਆਪਾਂ ਕੀ ਕੀਤਾ ਕਰਾਂਗੇ ਫਾਰਮੂਲਾ ਲਿਖਾਂਗੇ n 2 180 ਇਹ ਕਿੰਨਾ ਆ ਗਿਆ बटे ਅੰਦਰੋਨੀ ਕੋਣ ਦਾ ਮਾਪ 120 ਡਿਗਰੀ ਹੈ ਨਾ ਤਾਂ ਫਿਰ ਇਹਨੂੰ ਹੱਲ ਕਿਵੇਂ ਕੀਤਾ ਜਾਊਗਾ ਸਭ ਤੋਂ ਵੱਡਾ ਕੁਸ਼ਣ ਇੱਥੇ ਆ ਗਿਆ ਇਹਨੂੰ ਹੱਲ ਕਰਨ ਦੇ ਲਈ ਦੇਖੋ ਕੀ ਕਰਾਂਗੇ ਆਪਾਂ ਰੇਖੀ ਸਮੀਕਰਨਾਂ ਵਾਲਾ ਟੌਪਿਕ ਕਰ ਚੁੱਕੇ ਹਾਂ ਆਪਾਂ ਉਹਦੇ ਹਿਸਾਬ ਨਾਲ ਹੱਲ ਕਰਾਂਗੇ ਤਾਂ ਮੈਂ ਇੱਧਰ ਇਹਨੂੰ ਹੱਲ ਕਰ ਰਿਹਾ ਤਾਂ ਆਪਣੇ ਕੋਲ ਕੀ ਬਣ ਗਿਆ ਪੁਜਾ ਆਮਾ ਦੀ ਗਿਣਤੀ n ਕੀ ਦੇ ਬਰਾਬਰ ਆ ਗਈ n 2 180 120 ਪਹਿਲਾਂ ਇਹਨੂੰ ਹੱਲ ਕਰੋ ਜ਼ੀਰੋ ਨਾਲ ਜ਼ੀਰੋ ਗਿਆ 6 18 6 2 12 ਤਿਰਛੇ 2 ਦੀ n ਨਾਲ ਗੁਣਾ ਕੀਤੀ 2n 3 ਦੀ n ਨਾਲ ਗੁਣਾ ਕੀਤੀ 3n 3 ਦੀ 2 ਨਾਲ ਗੁਣਾ ਕੀਤੀ 3 2 6 n ਇੱਧਰ ਗਿਆ ਤਿੰਨਾਂ ਨਾਲੇ ਰਕਮ ਇੰਦਰ ਗਈ ਤਾਂ ਦੇਖੋ ਕੀ ਬਣ ਗਿਆ 2n 3n -6 2n ਜੋ 3n ਨਾਲ ਘਟਾਇਆ -6n -6 ਤਾਂ n ਕਿਤੇ ਬਰਾਬਰ ਆ ਗਿਆ ਨਾਲ ਕੱਟ ਗਿਆ 6 ਤਾਂ ਪੁਜਾਮਾ ਦੀ ਗਿਣਤੀ ਕਿੰਨੀ ਹੋਗੀ 6 ਜਾਂ ਤਾਂ ਇਹ ਤਰੀਕਾ ਇਹ ਰੂ ਹੱਲ ਕਰਨ ਦਾ ਮੈਂ ਇੱਕ ਤਰੀਕਾ ਹੋਰ ਦੱਸ ਰਿਹਾ ਜਿਵੇਂ ਆਪਾਂ ਪਿਛਲੇ ਚ ਗੱਲ ਕੀਤੀ ਸੀ ਆਪਾਂ ਬਾਰੀ ਕੋਣ ਤੋਂ ਕੱਢ ਸਕਦੇ ਹਾਂ ਉਹ ਕਿਤੇ ਨਾ ਕਿਤੇ ਥੋੜਾ ਸੌਖਾ ਬਣ ਜਾਂਦਾ ਹੈ ਦੇਖੋ ਆਪਾਂ ਨੂੰ ਕੀ ਦਿੱਤਾ ਹੋਇਆ ਹੈ ਅੰਦਰੂਨੀ ਕੋਣ ਦਾ ਮਾਪ 100° ਤਾਂ ਫਿਰ ਬਾਹਰੀ ਕੋਣ ਦਾ ਕਿੰਨਾ ਆ ਗਿਆ ਆਪਾਂ ਨੂੰ ਪਤਾ ਹੈ 180 ਚੋਂ ਘਟਾ ਕੇ ਆਣਾ ਤਾਂ ਆਪਾਂ ਗੱਲ ਕਰ ਚੁੱਕੇ ਹਾਂ 60° ਤੇ ਇਹ ਬਣ ਗਿਆ ਆਪਣਾ ਪਿਛਲਾ ਕੁਐਸਚਨ ਬਾਹਰੀ ਕੋਣ ਦਾ ਮਾਪ ਆ ਗਿਆ ਕਿਉਂਕਿ ਗਿਣਤੀ ਤਾਂ ਉਨੀ ਹੀ ਰਹਿਣੀ ਹੈ ਤਾਂ ਪੁਜਾ ਮਾ ਦੀ ਗਿਣਤੀ ਫਿਰ ਕੀ ਹੋਗੀ ਬਾਰੀ ਕੋਨਾ ਦਾ ਜੋੜ ਵਟੇ ਬਾਰੀ ਕੋਨ ਦਾ ਮਾਪ ਬਾਰੀ ਕੋਨ ਦਾ ਜੋੜ ਕਿੰਨਾ ਹੋ ਗਿਆ ਆਪਾਂ ਨੂੰ ਪਤਾ ਹੈ 360 ਬਾਰੀ ਕੋਨ ਦਾ ਮਾਪ ਕਿੰਨਾ ਹੋ ਗਿਆ 60 ਕਟਿਆ ਕਿੰਨਾ ਆਨਸਰ ਆ ਗਿਆ 6 ਤਾਂ 6 ਪੁਜਾਮਾ ਦੀ ਗਿਣਤੀ ਤਾਂ ਆਹ ਕਿਤੇ ਨਾ ਕਿਤੇ ਉਸ ਦੇ ਮੁਕਾਬਲੇ ਥੋੜਾ ਜਿਹਾ ਸੌਖਾ ਹੈ ਕਿ ਕਿਤਾ ਅੰਦਰੂਨੀ ਕੋਣ ਦਿੱਤਾ ਹੋਇਆ ਆਪਾਂ 180 ਚੋਂ ਘਟਾ ਕੇ ਬਾਹਰੀ ਕੋਣ ਕੱਢ ਲਿਆ ਤੇ ਉਦੋਂ ਪਿਛਲਾ ਤਰੀਕਾ ਅਪਣਾ ਲਿਆ ਕਿ ਬਾਹਰੀ ਕੋਣ ਦਾ ਜਿਹੜਾ ਗਿਣਤੀ ਹੈ ਮਾਪ ਹੈ ਉਹ ਐਸਾ ਕੜੀ ਨਿਕਲ ਸਕਦਾ ਹੁਣ ਦੂਸਰਾ ਪਾਰਟ ਦੇਖੋ ਆਪਾਂ ਨੂੰ 140 ਡਿਗਰੀ ਦੇ ਰੱਖਿਆ ਦੂਸਰੇ ਪਾਰਟ ਦੇ ਵਿੱਚ ਇਸੇ ਤਰੀਕੇ ਨਾਲ ਮੈਂ ਇਹਨੂੰ ਕਰ ਰਿਹਾ 140 ਡਿਗਰੀ ਤਾਂ ਫਿਰ ਬਾਹਰੀ ਕੋਣ ਦਾ ਮਾਪ ਕਿੰਨਾ ਆ ਗਿਆ 180 ਚੋਂ 140 ਘਟਾਏ ਕਿੰਨਾ ਆ ਗਿਆ 40 ਤਾਂ ਪੁਜਾਮਾ ਦੀ ਗਿਣਤੀ ਬਾਰੀ ਕੋਨਾਂ ਦਾ ਜੋੜ ਵਟੇ ਬਾਰੀ ਕੋਨ ਦਾ ਮਾਪ ਤਾਂ ਕਿੰਨਾ ਆ ਗਿਆ 9 ਤਾਂ ਇਹ ਸੀ ਆਪਣੀ ਅੰਦਰੂਨੀ ਕੋਨ ਬਾਰੀ ਕੋਨਾਂ ਦੇ ਜੋੜ ਉਹਨਾਂ ਦੇ ਮਾਪ ਤੇ ਉਹਨਾਂ ਨਾਲ ਸੰਬੰਧਿਤ ਪੁਜਾਮਾ ਦੀ ਗਿਣਤੀ ਦੀ ਹਲੋ ਬੱਚਿਓ ਸਭ ਤੋਂ ਪਹਿਲਾਂ ਸਸ਼ਤਰਕਾਰ ਅੱਜ ਆਪਾਂ ਜੋ ਗੱਲ ਕਰ ਰਹੇ ਹਾਂ ਅੱਜ ਆਪਾਂ ਛਤ੍ਰਪੂਜੇ ਕਿਸਮਾਂ ਦੀ ਗੱਲ ਕਰ ਰਹੇ ਹਾਂ ਆਪਨੇ ਕੋਲੇ ਬਹੁਤ ਤਰ੍ਹਾਂ ਦੇ ਛਤ੍ਰਪੂਜੇ ਆ ਤੇ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਆ ਕਿ ਆਪਾਂ ਸਿਰਫ ਉਤਲ ਕਨਵੈਕਸ ਪੋਲੀਗੋਨ ਤੇ ਗੱਲ ਕਰਨੀ ਹੈ ਕਨਵੈਕਸ ਛਤ੍ਰਪੂਜ ਤੇ ਗੱਲ ਕਰਨੀ ਹੈ ਛਤ੍ਰਪੂਜ ਆਪਾਂ ਨੂੰ ਪਤਾ ਹੈ ਜਿਸ ਦੀਆਂ ਚਾਰ ਸ਼ਕਲਾਂ ਹੁੰਦੀਆਂ ਆਪਾਂ 6ਵੀਂ ਕਲਾਸ ਤੋਂ ਬਹੁਤ ਛਤ੍ਰਪੂਜਾਂ ਦੇ ਨਾਮ ਸੁਣ ਚੁੱਕੇ ਹਾਂ ਸਮਾਂਤਰ ਛਤ੍ਰਪੂਜ एक है पेरलोग्राम जिसनू बोलते हैं आयत रेक्टेंगल वर्ग स्केयर चौथा हो गया अपने को चतुर्भुज रोम्पस ਇਸ ਦੇ ਵਿੱਚ ਆਪਾਂ ਚਾਰਾਂ ਦੀ ਗੱਲ ਕਰਾਂਗੇ ਮੈਂ ਵੈਸੇ ਆਪਣੇ ਕੋਲੇ ਸੰਮਲਮ ਵੀ ਹੈ ਪਤੰਗ ਬਾਰੇ ਵੀ ਗੱਲ ਕੀਤੀ ਹੈ ਲੇਕਿਨ ਆਪਾਂ ਅੱਜ ਇਹਨਾਂ ਚਾਰ ਦੀ ਗੱਲ ਕਰਨ ਜਾ ਰਹੇ ਹਾਂ ਇਹਨਾਂ ਚਾਰਾਂ ਦਾ ਆਪਸ ਕਿ ਰਿਲੇਸ਼ਨ ਹੈ ਕੀ ਨਹੀਂ ਇਹ ਸਭ ਤੋਂ ਵੱਡੀ ਗੱਲ ਹੈ ਤੇ ਕਿਤੇ ਨਾ ਕਿਤੇ ਇਸ ਚੀਜ਼ ਦੀ ਬਹੁਤ ਕਨਫਿਊਜ਼ਨ ਹੁੰਦੀ ਹੈ ਕਿ ਆਇਤ ਨੂੰ ਕੀ ਕਹੀਏ ਕਿ ਉਹ ਸਮਾਂਤਰ ਹੈ ਜਾਂ ਨਹੀਂ ਹੈ ਵਰਗ ਆਇਤ ਹੈ ਜਾਂ ਨਹੀਂ ਹੈ ਤਾਂ ਇਸ ਤਰੀਕੇ ਦੀਆਂ ਬੜੀਆਂ ਕੰਡੀਸ਼ਨਸ ਨੇ ਮੈਂ ਤੁਹਾਨੂੰ ਬਿਲਕੁਲ ਦੇਸੀ ਤਰੀਕੇ 'ਚ ਇਹ ਗੱਲ ਸਮਝਾ ਰਿਹਾ ਸਭ ਤੋਂ ਪਹਿਲਾਂ ਬੱਚਿਓ ਆਪਾਂ ਗੱਲ ਕਰਨ ਜਾ ਰਹੇ ਹਾਂ ਸਮਾਂਤਰ ਚਤੁਰਭੁਜ ਦੀ समांतर चतुर्भुज की होंगी है सब तो पहला मैं करता पैरलोग्राम पैरलोग्राम की होंगे ओह चतुर्भुज जिस दिया सन्मुख अमनो सामने सन्मुख पुजामा बराबर होंदिया हन या दूसरी परिभाषा ओह चतुर्भुज जिस सन्मुख पुजाव समांतर होंदिया हन ਉਹ ਹੁੰਦੀ ਆ ਆਪਣੇ ਕੋਲੇ ਸਮਾਂਤਰ ਚਤਰਪੁਛ ਆਹ ਨਿਸ਼ਾਨ ਬਰਾਬਰ ਦਾ ਹੈ ਜਿੱਥੇ ਇੱਕ ਇੱਕ ਆ ਗਿਆ ਉਹ ਆਪਸ ਵਿੱਚ ਬਰਾਬਰ ਹੈ ਜਿੱਥੇ ਦੋ ਦੋ ਆ ਗਿਆ ਉਹ ਆਪਸ ਵਿੱਚ ਬਰਾਬਰ ਹੈ ਤੇ ਜਿਹੜਾ ਤੀਰ ਦਾ ਨਿਸ਼ਾਨ ਜਦੋਂ ਆਪਾਂ ਲਾ ਦਈਏ ਤੀਰ ਦਾ ਉਹ ਸਮਾਂਤਰ ਦਾ ਹੁੰਦਾ ਹੈ ਇੱਕ ਤੀਰ ਇੱਕ ਤੀਰ ਆ ਸਮਾਂਤਰ ਹੈ ਦੋ ਤੇ ਦੋ ਕਿਉਂਕਿ ਇਹ ਸਟੈਂਡਰਡ ਨਿਸ਼ਾਨ ਹੈ ਤੇ ਗਲਤ ਅਨਸਰ ਰੱਖਣਾ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਤਾਂ ਇਹ ਆਪਾਂ ਗੱਲ ਕੀਤੀ ਸਮਾਂਤਰ ਦੀ ਸਹੀ ਹੋਗੀ ਨਾ ਉਹ ਚਤਰਪੁਜ ਜਿਸ ਦੇ ਸੰਮੁਖ ਸਾਹਮਣੇ ਵਾਲੀਆਂ ਪੁਜਾਮਾਂ ਕੀ ਹੁੰਦੀਆਂ ਨੇ ਬਰਾਬਰ ਜਾਂ ਸਮਾਂਤਰ ਹੁੰਦੀਆਂ ਨੇ ਬਰਾਬਰ ਜਾਂ ਸਮਾਂਤਰ ਹੋਣ ਉਹ ਆਪਣੇ ਕੋਲੇ ਕਿਹੜੀ ਚਤਰਪੁਜ ਹੁੰਦੀ ਹੈ ਸਮਾਂਤਰ ਠੀਕ ਹੋ ਗਿਆ ਹੁਣ ਮੈਂ ਅਗਲੀ ਕੋਈ ਪਰਿਭਾਸ਼ਾ ਤੇ ਗੱਲ ਨਹੀਂ ਕਰ ਰਿਹਾ ਮੈਂ ਸਿਰਫ ਇਸੇ ਤੋਂ ਲੈ ਕੇ ਚੱਲ ਰਿਹਾ ਅਗਲੀਆਂ ਗੱਲਾਂ ਅਗਲੀਆਂ ਗੱਲਾਂ ਕੀ ਨੇ ਆਪਣੇ ਕੋਲੇ इतने आप है सामने वाली बराबर है या नहीं है, है ना मैं एक समांतर चतुरपुज बना लिया इतना समांतर चतुर्भुज जिंद सामने वाली बराबर ने जा समांतर ने सामने वाला काम तो हो गया सन्मुख कहता पर लाघविया आ दोने लाघविया ਕਵਾਂਡਨ ਆ ਦੋਨੇ ਕਵਾਂਟੀ ਹੈ ਨਾ ਤੇ ਇਹਨਾਂ ਦਾ ਆਪਾਂ ਕੀ ਕਰੀਏ ਤਾਂ ਇੱਥੇ ਦੋ ਕੇਸ ਬਣ ਗਏ ਪਹਿਲਾ ਕੇਸ ਲਾਗਵੀਆਂ ਪੁਝਾਵਾਂ ਬਰਾਬਰ ਹੋ ਸਕਦੀਆਂ ਦੂਜਾ ਕੇਸ ਲਾਗਵੀਆਂ ਪੁਝਾਵਾਂ ਬਰਾਬਰ ਨਾ ਹੋ ਮਤਲਬ ਆਪਾਂ ਆਪਾਂ ਇਹ ਕੰਨੀਓ ਨਹੀਂ ਲਾਣਾ ਆਪਾਂ ਨੂੰ ਸਿਰਫ ਕੀ ਜਾਣਕਾਰੀ ਦਿੱਤੀ ਹੈ ਸਾਹਮਣੇ ਦੀ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਲਾਗਮੀਆਂ ਬਰਾਬਰ ਨਹੀਂ ਆਪਾਂ ਆਪਣੇ ਕੰਨੀ ਕੁਝ ਹੀ ਲਗਾਣਾ ਆਪਾਂ ਸਿਰਫ ਜੋ ਇਨਫੋਰਮੇਸ਼ਨ ਜੋ ਡੈਫੀਨੇਸ਼ਨ ਦਿੱਤੀ ਹੈ ਉਹ ਸਿਰਫ ਸਾਹਮਣੇ ਵਾਲੀ ਦਿੰਦੀ ਹੈ ਤਾਂ ਇਹਦਾ ਮਤਲਬ ਦੋਨੋਂ ਕੇਸ ਹੋ ਸਕਦੇ ਆ ਲਾਗਮੀਆਂ ਬਰਾਬਰ ਵੀ ਹੋ ਸਕਦੀਆਂ ਨੇ ਲਾਗਵੀਆਂ ਬਰਾਬਰ ਨਹੀਂ ਵੀ ਹੋ ਸਕਦੀਆਂ ਠੀਕ ਹੈ ਤੇ ਜੇ ਲਾਗਮੀਆਂ ਬਰਾਬਰ ਹੋ ਗਈਆਂ ਇਹਦਾ ਮਤਲਬ ਫਿਰ ਕੀ ਹੋ ਗਿਆ ਅੰਨੇ ਸਾਹਮਣੇ ਲੈ ਤਾਂ ਬਰਾਬਰੀ ਸੀ ਆ ਵੀ ਬਰਾਬਰ ਹੋ ਗਈਆਂ ਤਾਂ ਚਾਰੇ ਪੁਜਾਵਾਂ ਆਪਸ ਚ ਕੀ ਹੋ ਗਈਆਂ ਬਰਾਬਰ ਤਾਂ ਫਿਰ ਇਹ ਥੋੜੀ ਬਣ ਗਈ ਸਮ ਚਤਰਪੁਜ ਰੋਮਬਸ ਇਹ ਰੋਮਬਸ ਬਣ ਗਈ ਤਾਂ ਫਿਰ ਇਹਦਾ ਮਤਲਬ ਕੀ ਹੋਇਆ ਜਿਹੜੇ ਸਮ ਚਤਰਪੁਜ ਹੈ ਨਿਕਲੀ ਤਾਂ ਐਸੇ ਤੋਂ ਹੀ ਹੈ ਨਾ ਇਹਦੇ ਇੱਕ ਸ਼ਰਤ ਹੋ ਗਈ ਅਮ ਜਿਹੜੀਆਂ ਲਾਗਵੀਆਂ ਭੁਜਾਵਾਂ ਕੀ ਹੋ ਗਈਆਂ ਬਰਾਬਰ ਅਗਰ ਲਾਗਵੀਆਂ ਬਰਾਬਰ ਨਹੀਂ ਹੈਗੀਆਂ ਕੋਈ ਗੱਲ ਨਹੀਂ ਉਹ ਤਾਂ ਸਮਾਂਤਰ ਚਤਰਪੁਜ ਬਣੀ ਪਈ ਆ ਆਪਣੇ ਕੋਲੇ ਤਾਂ ਫਿਰ ਇੱਕ ਕੇਸ ਕੀ ਬਣ ਗਿਆ ਅਗਰ ਸਮਾਂਤਰ ਚਤਰਪੁਜ ਦੀਆਂ ਲਾਗਵੀਆਂ ਭੁਜਾਵਾਂ ਬਰਾਬਰ ਹੋਣਗੀਆਂ ਤਾਂ ਉਹ ਕੀ ਬਣ ਜਾਊਗਾ ਆਪਣੇ ਕੋਲੇ ਸਮ ਚਤਰਪੁਜ ਬਣ ਜਾਊਗੀ ਤਾਂ ਫਿਰ ਸਮ ਚਤਰਪੁਜ ਇੱਥੋਂ ਨਿਕਲੀ ਹੋਈ ਐ ਇਹਦੀ ਇੱਕ ਸ਼ਰਤ ਤਰ ਕਹਿ ਲੋ ਸ਼ਰਤ ਐ ਦੂਸਰੀ ਗੱਲ ਹੁਣ ਇੱਕ ਕੇਸ ਹੋਰ ਹੁੰਦਾ ਆਪਣੇ ਕੋਲੇ या तो हरेक कौन नब्बे डिग्री होगा या नब्बे डिग्री नहीं होना क्योंकि आपका कौन बारे कोई गल नहीं की तो फिर कंडीशन की बन गई या तो कौन नब्बे नहीं है गा? या कौन की है नब्बे जे कौन नब्बे हो गया यह सीधी होगी यह सीधी होगी तो यह बन गई आयत ਤਾਂ ਫਿਰ ਇਹਦਾ ਮਤਲਬ ਆਇਤ ਅਸਲ ਦੇ ਵਿੱਚ ਕੀ ਹੈ ਸਮਾਂਤਰ ਚਤਰਪੁਜ ਦੀ ਇੱਕ ਕੰਡੀਸ਼ਨ ਦੇ ਨਾਲ ਆਇਤ ਬਣੀ ਹੈ ਤਾਂ ਆਇਤ ਵੀ ਕਿੱਥੋਂ ਨਿਕਲੀ ਹੈ ਇੱਥੋਂ ਤੇ ਜੇ 90 ਨਹੀਂ ਹੈਗਾ ਉਹ ਕੀ ਹੋਗੀ ਸਮਾਂਤਰ ਹੋਗੀ ਠੀਕ ਹੋ ਗਿਆ ਤਾਂ ਦੋ ਚੀਜ਼ਾਂ ਕਰ ਲਈਆਂ ਆਪਾਂ ਸਮ ਚਤਰਪੁਜ ਵੀ ਇਹਦੇ ਵਿੱਚੋਂ ਨਿਕਲੀ ਹੈ ਸਿਰਫ ਖਾਸियत ਕੀ ਹੋਗੀ ਇਹਦੀਆਂ ਲਾਂਘਵੇਂ ਭੁਜਾਵਾਂ ਜਦੋਂ ਬਰਾਬਰ ਹੋ ਗਈਆਂ ਆਇਤ ਵੀ ਇਹਦੇ ਵਿੱਚੋਂ ਨਿਕਲੀ ਹੈ ਖਾਸियत ਕੀ ਹੋਗੀ ਕੋਣ ਇਹਦਾ 90 ਦਾ ਬਣ ਗਿਆ ਹੈ ਨਾ ਹੁਣ ਇੱਥੇ ਕੀ ਸ਼ਰਤ ਬਣ ਗਈ ਹੋਸਤ ਦਾ ਇਹਦਾ ਕੋਣ 90 ਹੋਵੇ ਹਰੇਕ ਕੋਣ 90 ਜਾਂ ਹੋ ਸੰਦੇ ਕੋਣ 90 ਨਾ ਹੋਵੇ ਹੈਨਾ ਠੀਕ ਹੈ ਤਾਂ ਜਦੋਂ ਇਹਦਾ ਕੋਣ 90 ਹੈ ਤਾਂ ਫਿਰ ਇਹਦਾ ਮਤਲਬ ਇਹ ਸਿੱਧੀ ਹੋ ਗਈ ਟੇਢੀ ਸੀ ਨਾ ਪਹਿਲਾਂ ਮੈਂ ਨਿਸ਼ਾਨ ਨਹੀਂ ਲਾਇਆ ਦੇਖੋ ਧਿਆਨ ਨਾਲ ਹੁਣ ਮੈਂ ਨਿਸ਼ਾਨ ਲਾ ਰਿਹਾ ਆ ਬਣ ਗਈ ਵਰਗ ਅਗਰ ਕੋਣ 90 ਨਹੀਂ ਹੈਗਾ ਕੋਈ ਪ੍ਰੋਬਲਮ ਨਹੀਂ ਉਹ ਆਪਣੇ ਕੋਲ ਕੀ ਹੈ ਸਮ ਚਤੁਰਭੁਜ ਹੁਣ ਮੈਂ ਆਇਤ ਤੇ ਬੈ ਕਰ ਰਿਹਾ ਅਗਰ ਲਾਗ ਨਹੀਂ ਆ ਪੁਝਾਵਾ ਬਰਾਬਰ ਨੇ ਤਾਂ ਉਹ ਬਣ ਗਿਆ ਵਰਗ ਅਗਰ ਲਾਗ ਨਹੀਂ ਆ ਪੁਝਾਵਾ ਬਰਾਬਰ ਨਹੀਂ ਤਾਂ ਆਇਤ ਤਾਂ ਐਸੀ ਆਪਣੇ ਕੋਲੇ ਇਹਨਾਂ ਦਾ ਇੱਕ ਰਫਲੀ ਲੇਆਉਟ ਕੀ ਕੀਤਾ ਹੁੰਦੇਖੋ ਆਪਾਂ ਸਮਾਂਤਰ ਚਤੁਰਭੁਜ ਦੇ 90 ਕੋਣ ਤੋਂ ਆਇਤ ਬਣੀ ਤਾਂ ਇਹਦਾ ਮਤਲਬ ਆਇਤ ਇੱਥੋਂ ਨਿਕਲੀ ਹੈ ਸਮਾਂਤਰ ਚਤੁਰਭੁਜ ਦੇ ਲਾਗਵੇਂ ਭੁਜਾਮਾਂ ਤੋਂ ਸਮ ਚਤੁਰਭੁਜ ਬਣੀ ਇਹ ਵੀ ਇੱਥੋਂ ਨਿਕਲੀ ਹੈ ਤਾਂ ਇਹਦਾ ਮਤਲਬ ਆਇਤ ਅਸਲ ਜਿਹੜੀ ਹੈ ਸਮਾਂਤਰ ਚਤੁਰਭੁਜ ਹੈ ਸਮ ਚਤੁਰਭੁਜ ਅਸਲ ਦੇ ਵਿੱਚ ਕੀ ਹੈ ਸਮਾਂਤਰ ਚਤੁਰਭੁਜ ਹੋਣ ਅਗਰ ਇਹਦਾ ਕੋਣ 90 ਬਣ ਗਿਆ ਤਾਂ ਇਹ ਵਰਗ ਬਣ ਗਈ ਤਾਂ ਇਹਦਾ ਮਤਲਬ ਵਰਗ ਕਿੱਥੋਂ ਨਿਕਲੀ ਐ ਸਮਚਤਰਪੁਜ ਤੋਂ ਤਾਂ ਹਰੇਕ ਵਰਗ ਕੀ ਹੋ ਗਿਆ ਸਮਚਤਰਪੁਜ ਹੋ ਗਿਆ ਆਇਤ ਦੀਆਂ ਲਾਗਾਂ ਬਰਾਬਰ ਹੋਣਗੀਆਂ ਕੀ ਹੋ ਗਿਆ ਵਰਗ ਹੋ ਗਿਆ ਤਾਂ ਹਰੇਕ ਵਰਗ ਕੀ ਹੋ ਗਿਆ ਆਇਤ ਤਾਂ ਇਹ ਹੈ ਆਪਣਾ ਇੱਕ ਛੋਟਾ ਜਿਹਾ ਲੇਆਉਟ ਇਹਨੂੰ ਮੈਂ ਪ੍ਰੋਪਰ ਬਣਾ ਰਿਆਂ ਇਹ ਸਿਰਫ ਸਮਝਾਉਣ ਦੇ ਲਈ ਬਣਾਇਆ ਸੀ ਕਿ ਚਾਰਾਂ ਦਾ ਆਪਸ ਰਿਲੇਸ਼ਨ ਕੀ ਹੈ ਅਸ ਜਿਹੜੀਆਂ ਤਿੰਨੋਂ ਟਾਈਪਸ ਨੇ ਇਹ ਆਪਣੀਆਂ ਸਮਾਂਤਰ ਤੇ ਚੱਲਦੀਆਂ ਆਓ ਉਹਦੇ ਇੱਕ ਫਾਈਨਲ ਲੇਆਉਟ ਬਣਾਣਿਆ ਹੁਣ ਆਪਾਂ ਅਸਲ ਦੇ ਵਿੱਚ ਚਤਰਪੂਜਾ ਦਾ ਸਿਸਟਮ ਕੀ ਹੈ ਤਾਂ ਇਹ ਸੀ ਚਤਰਪੂਜਾ ਦਾ ਆਪਸ ਵਿੱਚ ਰਿਲੇਸ਼ਨ ਇਹਨੂੰ ਅਲੱਗ-ਅਲੱਗ ਨਹੀਂ ਯਾਦ ਕਰਨਾ ਅਗਰ ਅਲੱਗ-ਅਲੱਗ ਯਾਦ ਕਰੋਗੇ ਤਾਂ ਉਲਝੋਗੇ ਆਪਾਂ ਇਹਨੂੰ ਕਿਵੇਂ ਯਾਦ ਕਰਨਾ ਹੈ ਇਸ ਅਕੋਰਡਿੰਗ ਜਿਵੇਂ ਮੈਂ ਕਰਾ ਰਿਹਾ ਹੁਣ ਸਮਾਂਤਰ ਚਤਰਪੂਛ ਅੰਨੇ ਸਾਹਮਣੇ ਬਰਾਬਰ ਠੀਕ ਇਹਦੀਆਂ ਲਾਗਵੀਆਂ ਤੋਂ ਕੀ ਬਣਗੀ ਸਮ ਚਤਰਪੂਛ ਠੀਕ ਹੁਣ ਇੱਥੋਂ ਸਿੱਧਾ ਕੀਤਾ ਆਪਾਂ ਆਇਦ ਵਰਗ ਠੀਕ ਤਾਂ ਇਹਦਾ ਮਤਲਬ ਵਰਗ ਕਿੱਥੋਂ ਨਿਕਲਿਆ ਇਸ ਤੋਂ ਵਰਗ ਕਿਸ ਤੋਂ ਨਿਕਲਿਆ ਇਸ ਤੋਂ ਤੇ ਆਹ ਕਿਸ ਤੋਂ ਨਿਕਲਿਆ ਇਸ ਤੋਂ ਆ ਕਿੱਥੋਂ ਬਣਿਆ ਇਸ ਤੋਂ ਤਾਂ ਇਹਦਾ ਮਤਲਬ ਆ ਵੀ ਕੀ ਹੋ ਗਿਆ ਤੀਰ ਦਾ ਨਿਸ਼ਾਨ ਦੇਖੋ ਇਹਦਾ ਮਤਲਬ ਫਿਰ ਕੀ ਹੋ ਗਿਆ ਹਰੇਕ ਵਰਗ ਸਮਚਤ੍ਰਪੁਜ ਹੈ ਹਰੇਕ ਵਰਗ ਆਇਤ ਹੈ ਤੇ ਹਰੇਕ ਸਮਚਤ੍ਰਪੁਜ ਸਮਾਨਤਰ ਹੈ ਹਰੇਕ ਆਇਤ ਸਮਾਨਤਰ ਹੈ ਤਾਂ ਹਰੇਕ ਵਰਗ ਵੀ ਕੀ ਹੋ ਗਿਆ ਸਮਾਨਤਰ ਹੋ ਗਿਆ ਇਹ nicheੋਂ upar ਨੂੰ ਜਾ ਰਿਹਾ ਠੀਕ ਆਪਾਂ ਹੁਣ ਸਮਾਨਤਰ ਚਤ੍ਰਪੁਜ ਦੀ ਗੱਲ ਕੀਤੀ ਸੀ ਹੈਨਾ ਤਾਂ ਇਹਦਾ ਮਤਲਬ ਕੀ ਹੋ ਗਿਆ ਅੰਮਰੋ ਸਾਮਣੀ ਦੇ ਭੁਜਾਵਾਂ ਸਾਰੇ ਦੇ ਬਰਾਬਰ ਨੇ ਇਥੇ ਹੁਣ ਦੋ ਚੀਜ਼ਾਂ ਰਹਿ ਗਈਆਂ ਮੇਨ ਜਿਸ ਦੀ ਆਪਾਂ ਗੱਲ ਕਰਨੀ ਹੈ ਇੱਕ ਵਿਕਰਨਾ ਦੀ ਗੱਲ ਸਭ ਤੋਂ ਪਹਿਲਾਂ ਆਪਾਂ ਹੁਣ ਇਹਦੇ ਵਿਕਰਨਾ ਦੀ ਗੱਲ ਕਰਨੀ ਹੈ ਕੱਲੀ ਸਮਾਂਤਰ ਚਤੁਰਭੁਜ ਦੀ ਪਰਿਭਾਸ਼ਾ ਲਿਖ ਰਹੇ ਹਾਂ ਮੈਂ ਵਿਕਰਨ ਦੇ ਕੇਸ ਦੇ ਵਿੱਚ ਕਿਉਂਕਿ ਉਸੇ ਤੋਂ ਸਾਰੀਆਂ ਬਣੀਆਂ ਨੇ ਤੁਸੀਂ ਅਲੱਗ-ਅਲੱਗ ਕੁਝ ਵੀ ਯਾਦ ਨਹੀਂ ਕਰਨਾ ਇੱਕ ਦੇ ਨਾਲ ਸਾਰੀਆਂ ਯਾਦ ਕਰਨੀਆਂ ਸਮਾਂਤਰ ਚਤੁਰਭੁਜ ਦੇ ਵਿਕਰਨ ਦੀ ਖਾਸੀਅਤ ਜੋ ਕਿਉਂਕਿ ਇਹ ਟੇਢੀ ਹੁੰਦੀ ਹੈ ਹੈਨਾ ਇਹਦੇ ਵਿਕਰਨ ਇੱਕ ਦੂਸਰੇ ਨੂੰ ਸਮ ਦੁਪਾਜਿਤ ਕਰਦੇ ਹਨ ਡਾਇਗਨਲ ਡਿਵਾਈਡ ਈਚ ਬਾਈਸੈਕਟ ਈਚ ਅਦਰਸ ਹੈ ਨਾ ਤਾਂ ਜਦੋਂ ਇਹਦੇ ਵਿਕਰਨ ਕਰਦੇ ਨੇ ਆ ਤਾਂ ਸਾਰੇ ਇਹਦੇ ਪਾਰਟੀ ਹੋਗੇ ਨਾ ਤਾਂ ਇਹਦਾ ਮਤਲਬ ਇਹਦੇ ਵਿਕਰਨ ਵੀ ਇੱਕ ਦੂਜੇ ਨੂੰ ਸਮ ਦੁਪਾਜਿਤ ਕਰਨਗੇ ਇਹਦੇ ਵੀ ਕਰਨਗੇ ਤਾਂ ਇਹਦੇ ਵੀ ਕਰਨਗੇ ਕਿਉਂਕਿ ਇਹ ਚਾਰੋਂ ਇੱਥੋਂ ਬਣੀ ਹੈ ਤਾਂ ਪਹਿਲੀ ਆਹ ਕੰਡੀਸ਼ਨ ਚਾਰਾਂ ਚ ਲੱਗੀ ਹੈ ਨਾ ਹੁਣ ਗੱਲਾਂ ਆ ਗਈਆਂ ਦੋ ਹੋਰ ਇਹਦੇ ਵਿੱਚ विकर्ण बराबर एक विकर्ण एक दूसरे ਨੂੰ 90 ਡਿਗਰੀ ਤੇ ਸਮਦੋਭਾਜਿਤ ਦੋ ਚੀਜ਼ ਆ ਗਈਆਂ ਕਿਉਂਕਿ ਇੱਥੇ ਤਾਂ ਸਿਰਫ ਇੱਕ ਹੈ ਨਾ ਇੱਕ ਦੂਜੇ ਨੂੰ ਸਮਦੋਭਾਜਿਤ ਕਰਦੇ ਆ ਪਰ ਕਿੰਨੇ ਤੇ ਕਰਦੇ ਨਹੀਂ ਪਤਾ ਤਾਂ ਇਹ ਤਾਂ ਇੱਕ ਕੇਸ ਬਣ ਗਿਆ ਇੱਥੇ ਆਪਾਂ ਕੋਈ ਗੱਲ ਨਹੀਂ ਕੀਤੀ ਬਰਾਬਰ ਹੈਗੇ ਕਿ ਨਹੀਂ ਹੈਗੇ ਤਾਂ ਫਿਰ ਇੱਕ ਕੇਸ ਕੇਸ ਦਾ ਬਣ ਗਿਆ विकर्ण बराबर ਤਾਂ ਤਾਂ ਸਿੱਧੀ ਜੀ ਗੱਲ ਕਿੱਥੇ 90 ਡਿਗਰੀ ਦਾ ਕੋਣ ਹੈ ਕਿੱਥੇ ਕਿੱਥੇ ਹੈ ਇਹਨਾਂ ਦੋਹਾਂ ਤੇ ਕਿਉਂਕਿ ਇਹ ਟੇਡੀਆਂ ਨੇ ਤਾਂ ਟੇਡੀ ਚ ਆਪਾਂ ਨੂੰ ਪਤਾ ਦੇਖੋ ਆਹ ਵੱਡੀ ਹੋਣੀ ਹੈ ਆਹ ਦੂਰੀ ਛੋਟੀ ਹੋਣੀ ਹੈ ਪਰ ਜੋ ਦੋਨੋਂ ਸਿੱਧੀਆਂ ਹੋ ਗਈਆਂ ਆਹ ਦੂਰੀ ਆਪਸ ਕੀ ਹੋਣੀ ਹੈ ਬਰਾਬਰ ਤਾਂ ਇਹਨਾਂ ਦੋਹਾਂ ਦੇ ਵਿੱਚ ਜਿੱਥੇ 90 ਡਿਗਰੀ ਦਾ ਕੋਣ ਹੈ ਕਿੱਥੇ ਕਿੱਥੇ ਹੈ ਆਇਤ ਤੇ ਵਰਗ ਇਹਨਾਂ ਦੋਹਾਂ ਦੇ ਜਿਹੜੇ ਵਿਕਰਨ ਕੀ ਹੋਣਗੇ ਬਰਾਬਰ ਹੋਣਗੇ ਤੇ ਸਮਦੁਪਾਦਿਤ ਕਿੱਥੇ ਕਰਦੇ ਨੇ ਜਿੱਥੇ ਸਾਰੀਆਂ ਭੁਜਾਵਾਂ ਕੀ ਹੋਣਗੀਆਂ ਬਰਾਬਰ ਤੇ ਉਹ ਕਿਰਿਆ ਕਿੰਦੀਆਂ ਨੇ ਚੈੱਕ ਕਰੋ ਇੱਕ ਸਮਚਤ੍ਰਪੂਜ ਦੀ ਇੱਕ ਵਰਗ ਦੀ ਤਾਂ ਦੋਸਤੋ ਸਿਰਫ ਇੰਨੀਕ ਇਨਫੋਰਮੇਸ਼ਨ ਦੇ ਨਾਲ